ਸਤਿ ਸ੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਲਾਸ ਵਿੱਚ। ਦੋਸਤੋ, ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਦੋਸਤ ਮਿੱਤਰਾਂ ਨੂੰ ਇੱਕ ਗੁਜ਼ਾਰਿਸ਼ ਕਰਾਂਗੇ ਜਿਹੜੇ ਬਿਨਾਂ ਵੀਡੀਓ ਦੇਖੇ ਹੋਏ ਨੀਚੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿੰਦੇ ਹਨ ਕਿ ਇਹ ਵੀਡੀਓ ਫੇਕ ਹੈ। ਸੋ ਦੋਸਤੋ, ਉਹਨਾਂ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਣ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਇਹ ਵੀਡੀਓ ਸਹੀ ਹੈ ਜਾਂ ਫਿਰ ਨਹੀਂ ਹੈ। ਠੀਕ ਹੈ ਦੋਸਤੋ। ਸੋ ਦੋਸਤੋ, ਇਹ ਵੀਡੀਓ ਸਰਕਾਰ ਦੁਆਰਾ ਚਲਾਈ ਗਈ ਸਕਾਲਰਸ਼ਿਪ ਸਕੀਮ ਦੇ ਉੱਤੇ ਆਧਾਰਿਤ ਹੈ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਵਿਦਿਆਰਥੀ ਇਸ ਸਕੀਮ ਦਾ ਹਿੱਸਾ ਬਣ ਸਕਦੇ ਹਨ, ਕਿਵੇਂ ਕਿਹੜੇ ਕਿਹੜੇ ਲਾਭ ਪ੍ਰਾਪਤ ਕਰ ਸਕਦੇ ਹਨ ਅਤੇ ਕਿਵੇਂ ਇਸ ਸਕੀਮ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਸੋ ਦੋਸਤੋ, ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਸੋ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਜੇ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ। 7800 ਰੁਪਏ ਪ੍ਰਤੀ ਮਹੀਨਾ ਪਾਓ ਵਿਦਿਆਰਥੀ ਭਰਨ UGC ਸਕਾਲਰਸ਼ਿਪ ਫਾਰਮ। ਵਿਦਿਆਰਥੀਆਂ ਦੀ ਸਹੂਲਤ ਲਈ ਸਮੇਂ ਸਮੇਂ ਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵਿਦਿਆਰਥੀਆਂ ਲਈ ਨਵੀਆਂ ਨਵੀਆਂ ਸਕੀਮਾਂ ਲੈ ਕੇ ਆਉਂਦੀਆਂ ਰਹਿੰਦੀਆਂ ਹਨ। ਇਹਨਾਂ ਸਰਕਾਰੀ ਯੋਜਨਾਵਾਂ ਦਾ ਮੁੱਖ ਉਦੇਸ਼ ਇਹ ਹੁੰਦਾ ਹੈ ਕਿ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀ ਜੋ ਕਿ ਪੜ੍ਹਨ ਵਿੱਚ ਹੁਸ਼ਿਆਰ ਹਨ, ਉਹ ਆਪਣੀ ਪੜ੍ਹਾਈ ਨੂੰ ਬਿਨਾਂ ਕਿਸੇ ਆਰਥਿਕ ਤੰਗੀ ਤੋਂ ਅੱਗੇ ਜਾਰੀ ਰੱਖ ਸਕਣ ਅਤੇ ਆਪਣਾ ਭਵਿੱਖ ਸਵਾਰ ਸਕਣ। ਇਸੇ ਤਰ੍ਹਾਂ ਦੀ ਇੱਕ ਸਕਾਲਰਸ਼ਿਪ ਯੋਜਨਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ PG ਕੋਰਸ ਕਰਨ ਵਾਲੇ ਵਿਦਿਆਰਥੀਆਂ ਲਈ ਲੈ ਕੇ ਆਈ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਸਕੀਮ ਦੇ ਤਹਿਤ ਕੀ ਕੀ ਫਾਇਦੇ ਮਿਲਣਗੇ, ਕਿਹਨਾਂ ਨੂੰ ਸਕਾਲਰਸ਼ਿਪ ਮਿਲੇਗੀ, ਕਿਵੇਂ ਮਿਲੇਗੀ ਅਤੇ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਅਤੇ ਕਿਹੜੇ ਦਸਤਾਵੇਜ਼ ਲੋੜੀਂਦੇ ਹਨ। ਸਵਾਲ ਸ਼ੁਰੂ ਕਰਦੇ ਹਾਂ। ਇਸ ਸਕੀਮ ਦੇ ਫਾਇਦੇ ਅਤੇ ਮਿਲਣ ਵਾਲੀ ਰਾਸ਼ੀ 8400400400। ਜੀ ਹਾਂ, ਯਾਦ ਕਰ ਲਵੋ ਵਟਸਐਪ ਨੰਬਰ, ਕਿਉਂਕਿ ਹੁਣ ਚਾਹੇ ਤੁਹਾਡਾ ਮੈਥ ਦਾ ਸਵਾਲ ਹੋਵੇ, ਫਿਜ਼ਿਕ ਕੈਮਿਸਟਰੀ ਜਾਂ ਬਾਇਓਲੋਜੀ ਦਾ, ਤੁਹਾਡੇ ਹਰ ਡਾਊਟ ਹਰ ਕੁਐਸਚਨ ਦਾ ਮਿਲੇਗਾ ਤੁਰੰਤ ਵੀਡੀਓ ਸੋਲੂਸ਼ਨ, ਉਹ ਵੀ ਸਿੱਧਾ ਤੁਹਾਡੇ ਵਟਸਐਪ ਨੰਬਰ ਤੇ। ਬਸ ਆਪਣੇ ਫੋਨ ਤੇ ਡਾਊਟ ਨੈਟ ਦਾ 8400400400 ਨੰਬਰ ਸੇਵ ਕਰ ਲਵੋ ਅਤੇ ਚੈਟ ਓਪਨ ਕਰੋ। ਫਿਰ ਜੋ ਵੀ ਤੁਹਾਡਾ ਡਾਊਟ ਹੈ, ਉਸ ਸਵਾਲ ਦੀ ਫੋਟੋ ਖਿੱਚਣੀ ਹੈ, ਕ੍ਰੌਪ ਕਰਨੀ ਹੈ, 5 ਸਕਿੰਟ ਦੇ ਅੰਦਰ ਅੰਦਰ ਤੁਹਾਨੂੰ ਉਸਦਾ ਵੀਡੀਓ ਸੋਲੂਸ਼ਨ ਮਿਲ ਜਾਵੇਗਾ। ਕਲਾਸ 6 ਤੋਂ 12 ITJEE ਨੀਟ CBSE ਬੋਰਡ ਅਤੇ ਸਾਰੇ ਸਟੇਟ ਬੋਰਡ ਦੇ ਬੱਚਿਆਂ ਲਈ। ਤਾਂ ਫਿਰ ਦੇਰ ਕਿਸ ਗੱਲ ਦੀ, ਹੁਣੇ ਜਾਓ ਅਤੇ 8400400400 ਨੰਬਰ ਤੇ ਆਪਣਾ ਸਵਾਲ ਵਟਸਐਪ ਕਰੋ ਅਤੇ ਆਪਣੇ ਸਾਰੇ ਡਾਊਟਸ ਨੂੰ ਆਊਟ ਕਰੋ, ਲਿੰਕ ਡਿਸਕ੍ਰਿਪਸ਼ਨ ਚ। ਇਸ ਸਕੀਮ ਤਹਿਤ ਸਿਰਫ ਪ੍ਰੋਫੈਸ਼ਨਲ PG ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ 4500 ਰੁਪਏ ਅਤੇ 7800 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸ ਸਕਾਲਰਸ਼ਿਪ ਸਕੀਮ ਵਿੱਚ ਹਿੱਸਾ ਲੈਣ ਵਾਲੇ ਅਤੇ ਯੋਗ ਉਮੀਦਵਾਰ ਆਖਰੀ ਮਿਤੀ ਤੋਂ ਪਹਿਲਾਂ ਅਧਿਕਾਰਿਤ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਕਿਹਨਾਂ ਨੂੰ ਮਿਲੇਗੀ ਸਕਾਲਰਸ਼ਿਪ? ਤਕਨੀਕੀ, ਮੈਨੇਜਮੈਂਟ, ਇੰਜੀਨੀਅਰ, ਫਾਰਮੇਸੀ ਅਤੇ ਹੋਰ ਕਾਰੋਬਾਰੀ ਅਤੇ ਤਕਨੀਕੀ ਕੋਰਸ ਕਰ ਰਹੇ ਵਿਦਿਆਰਥੀ ਇਸ ਸਕਾਲਰਸ਼ਿਪ ਸਕੀਮ ਵਿੱਚ ਭਾਗ ਲੈ ਸਕਦੇ ਹਨ ਅਤੇ ਲਾਭ ਵੀ ਪ੍ਰਾਪਤ ਕਰ ਸਕਦੇ ਹਨ। MEE ਅਤੇ MTECH ਦੇ ਵਿਦਿਆਰਥੀਆਂ ਨੂੰ 7800 ਰੁਪਏ ਮਹੀਨਾ ਵਜ਼ੀਫਾ ਮਿਲੇਗਾ ਅਤੇ ਦੂਜੇ PG ਕੋਰਸ ਕਰ ਰਹੇ ਵਿਦਿਆਰਥੀਆਂ ਨੂੰ 4500 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਮਿਲੇਗਾ। ਇਸ ਸਕਾਲਰਸ਼ਿਪ ਸਕੀਮ ਦੇ ਅਨੁਸਾਰ ਸਿਰਫ SC ST ਵਰਗ ਦੇ ਵਿਦਿਆਰਥੀਆਂ ਨੂੰ ਹੀ ਇਸ ਸਕੀਮ ਦਾ ਲਾਭ ਮਿਲੇਗਾ। ਆਖਰੀ ਮਿਤੀ ਅਤੇ ਲੋੜੀਂਦੇ ਦਸਤਾਵੇਜ਼। ਇਸ ਸਕਾਲਰਸ਼ਿਪ ਸਕੀਮ ਵਿੱਚ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 15 ਦਸੰਬਰ 2021 ਹੈ ਅਤੇ ਇਸ ਤਰੀਕ ਤੋਂ ਪਹਿਲਾਂ ਅਧਿਕਾਰਿਕ ਵੈਬਸਾਈਟ ਰਾਹੀਂ ਅਪਲਾਈ ਕਰਨਾ ਹੋਵੇਗਾ। ਇਸ ਸਕਾਲਰਸ਼ਿਪ ਸਕੀਮ ਦੀ ਅਰਜ਼ੀ ਦੀ ਪ੍ਰਕਿਰਿਆ ਨਵੰਬਰ 2020 ਹੋ ਚੁੱਕੀ ਹੈ। ਬਿਨੈ ਪੱਤਰ ਫਾਰਮ ਭਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੀ ਯੂਨੀਵਰਸਿਟੀ ਜਾਂ ਕਾਲਜ ਤੋਂ ਇਸ ਦੀ ਤਸਦੀਕ ਕਰਵਾਉਣੀ ਪਵੇਗੀ। ਇਸ ਸਕਾਲਰਸ਼ਿਪ ਸਕੀਮ ਦੇ ਤਹਿਤ 1000 ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਇਸ ਸਕਾਲਰਸ਼ਿਪ ਸਕੀਮ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਬੈਂਕ ਪਾਸਬੁੱਕ, ਆਧਾਰ ਕਾਰਡ ਨੰਬਰ, ਸਰਕਾਰੀ ID ਕਾਰਡ, ਮੂਲ ਨਿਵਾਸੀ ਪ੍ਰਮਾਣ ਪੱਤਰ ਸ਼ਾਮਿਲ ਹੈ। ਸੋ ਦੋਸਤੋ, ਤੁਸੀਂ ਕਿਵੇਂ ਅਪਲਾਈ ਕਰਨਾ ਹੈ? ਸਭ ਤੋਂ ਪਹਿਲਾਂ ਸਕਾਲਰਸ਼ਿਪ ਪੋਰਟਲ ਦੀ ਅਧਿਕਾਰਿਕ ਵੈਬਸਾਈਟ scholarship.gov.in ਤੇ ਜਾਣਾ ਹੈ। ਫਿਰ ਹੋਮ ਪੇਜ ਤੇ UGC AICTE ਸਕੀਮ ਤੇ ਕਲਿੱਕ ਕਰਨਾ ਹੈ। ਪ੍ਰੋਫੈਸ਼ਨਲ ਕੋਰਸ ਕਰ ਰਹੇ SC ST ਵਿਦਿਆਰਥੀਆਂ ਲਈ PG ਸਕਾਲਰਸ਼ਿਪ ਲਈ ਲਿੰਕ ਤੇ ਕਲਿੱਕ ਕਰਨਾ ਹੈ। ਵੇਰਵਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਨਵੀਂ ਰਜਿਸਟ੍ਰੇਸ਼ਨ ਕਲਿੱਕ ਕਰੋ, ਸਾਰੇ ਵੇਰਵੇ ਭਰੋ, ਸਕਾਲਰਸ਼ਿਪ ਸਕੀਮ ਦੀ ਚੋਣ ਕਰੋ ਅਤੇ ਆਨਲਾਈਨ
ਅਪਲਾਈ ਕਰੋ। ਸੋ ਦੋਸਤੋ ਇਹ ਅਸੀਂ ਤੁਹਾਨੂੰ ਦੱਸ ਦਿੱਤਾ ਹੈ ਤੁਸੀਂ ਕਿਵੇਂ ਆਨਲਾਈਨ ਅਪਲਾਈ ਕਰਨਾ ਹੈ, ਇਸ ਸਕੀਮ ਦੇ ਕੀ ਫਾਇਦੇ ਹਨ ਤੇ ਕਿਹੜੇ ਵਿਦਿਆਰਥੀ ਇਸ ਸਕੀਮ ਲਈ ਅਪਲਾਈ ਕਰ ਸਕਦੇ ਹਨ। ਸੋ ਦੋਸਤੋ ਉਹਨਾਂ ਨੂੰ ਵੀਡੀਓ ਵੀ ਬਣਾ ਕੇ ਦੱਸੀ ਹੈ, ਇਸ ਤੋਂ ਬਾਅਦ ਤੁਸੀਂ ਗਾਈਡਲਾਈਨ ਡਾਊਨਲੋਡ ਕਰਕੇ ਪੜ੍ਹ ਲੈਣਾ ਹੈ, ਸਾਰਾ ਕੁਝ ਇਸ ਗਾਈਡਲਾਈਨ ਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਗਿਆ। ਠੀਕ ਹੈ ਦੋਸਤੋ, ਸੋ ਦੋਸਤੋ ਇਹ ਸੀ ਇਸ ਵੇਲੇ ਦੀ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ। ਜਲਦੀ ਹੀ ਨਵੀਂ ਵੀਡੀਓ ਵਿੱਚ ਹੋਰ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।